ਕਹਿੰਦੇ ਆ ਕਿ ਮੈਂ ਕਿਤੇ ਕੰਮ ਚੱਲਿਆ ਅਤੇ ਵਾਪਸ ਆਉਂਦਾ, ਪਰ ਉੱਥੋਂ ਵਾਪਸ ਨਹੀਂ ਆਏ ਸ਼ਾਮਾਂ ਤੱਕ। ਉਸ ਤੋਂ ਬਾਅਦ 'ਚ ਇੱਥੇ ਆ ਕੇ ਇਹਨਾਂ ਨੇ ਅਖਬਾਰ 'ਚ ਵੀ ਖਬਰ ਲਵਾ ਦਿੱਤੀ ਕਿ ਇੱਦਾਂ ਵੀਰ ਅਮਰਜੋਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ, ਸਾਨੂੰ ਖਦਸ਼ਾ ਹੈ ਕਿ ਉਹਨਾਂ ਨੂੰ ਕਿਤੇ ਝੂਠੇ ਮੁਕਾਬਲੇ 'ਚ ਸ਼ਹੀਦ ਨਾ ਕੀਤਾ ਜਾਵੇ। ਕਿਉਂਕਿ ਉਦੋਂ ਮੇਰਾ ਬੇਟਾ ਹੋਣ ਵਾਲਾ ਸੀ ਅਤੇ ਮੇਰੀ ਕੰਡੀਸ਼ਨ ਬਹੁਤ ਹੀ ਖਰਾਬ ਸੀ, ਇੱਕ ਤਾਂ ਮੇਰੀ ਏਜ ਬਹੁਤ ਛੋਟੀ ਸੀ, 19 ਸਾਲ ਦੀ ਸੀ, ਅਤੇ ਫਿਰ ਇਹਨਾਂ ਨੇ ਬਾਅਦ ਦੱਸਿਆ ਪਿੰਡ ਜਾ ਕੇ ਕਿ ਉਹ ਤਾਂ ਇੱਦਾਂ ਸ਼ਹੀਦ ਹੋ ਗਏ। ਮੈਂ ਆਪਣੇ ਸਹੁਰੇ ਪਰਿਵਾਰ ਕੋਲ, ਮੈਨੂੰ ਛੱਡ ਕੇ ਆਏ ਆ, ਅਤੇ ਇੰਨੀ ਕੰਡੀਸ਼ਨ ਮਾੜੀ, ਮੇਰੇ ਕੋਲ ਕੱਪੜਾ ਵੀ ਨਹੀਂ ਸੀ ਜੀ, ਇੱਕ ਸੂਟ ਮੈਂ ਪਾਇਆ ਸੀ, ਇੱਕ ਮੇਰੇ ਕੋਲ ਸੀ। ਅਤੇ ਉਹਨਾਂ ਦਿਨਾਂ 'ਚ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਕੀ ਮਤਲਬ ਮੈਂ ਤਾਂ ਕਹਿ ਸਕਦੀ ਹਾਂ ਕਿ ਕਿੱਦਾਂ ਦੇ ਹਾਲਾਤ ਸੀ। ਇੱਕ ਤਾਂ ਮੈਨੂੰ ਇੰਜੈਕਸ਼ਨ ਦਿਲ ਹੀ ਲੱਗਦਾ ਹੁੰਦਾ ਸੀ, ਉਹ ਵੀ ਬੰਦ ਹੋ ਗਿਆ, ਅਤੇ ਉਧਰੋਂ ਪੁਲਿਸ ਨੇ ਰੋਜ਼ ਉਹਨਾਂ ਨੂੰ ਪਤਾ ਲੱਗ ਗਿਆ ਵੀ ਉੱਥੇ ਆਹ ਗੱਲ ਹੋ ਗਈ ਆ, ਅਖਬਾਰਾਂ 'ਚ ਖਬਰ ਆ ਗਈ ਸਾਰੇ, ਅਤੇ ਉਹ ਘਰ ਪੁਲਿਸ ਦੇ ਛਾਪੇ ਪੈਣੇ ਸ਼ੁਰੂ ਹੋ ਗਏ, ਅਤੇ ਉਹ ਫਿਰ ਜਿਹੜੇ ਸਾਡੇ ਘਰ ਦੀਆਂ ਚਾਬੀਆਂ ਵਗੈਰਾ ਵੀ ਸਾਰਾ ਕੁਛ ਉਹ ਨਾਲ ਲੈ ਗਏ, ਅਤੇ ਕਿਰਾਏ 'ਤੇ ਸਾਡੇ ਕੋਲ ਇੱਕ ਬੈੱਡ ਸੀ, ਥੋੜ੍ਹੇ ਬਰਤਨ ਸੀ ਘਰ ਬਰਤਨ ਜੋਗੇ। ਫਿਰ ਮੇਰੇ ਪੇਰੈਂਟਸ, ਮੇਰੇ ਮਾਸੀ ਜੀ, ਉਹਨਾਂ ਨੇ ਮਤਲਬ ਮੈਨੂੰ ਕਿਹਾ ਕਿ ਕੋਈ ਨਹੀਂ ਤੁਹਾਨੂੰ ਸਾਂਭਦੇ ਆ, ਅਤੇ ਉਹ ਫਿਰ ਮੇਰਾ ਬੇਟਾ ਜਿਹੜਾ ਸੀ ਅੰਮ੍ਰਿਤਸਰ ਰੈਂਟ ਲੈਣ ਲੱਗ ਗਏ, ਉਹ ਮੇਰਾ ਖਰਚਾ ਵਗੈਰਾ ਕਰਨ ਲੱਗ ਗਏ, ਫਿਰ ਉੱਥੇ ਮੇਰੇ ਬੇਟੇ ਦਾ ਬਰਥ ਗੁਰੂ ਰਾਮਦਾਸ ਹੋਸਪਿਟਲ ਹੋਇਆ, ਫਿਰ ਮਹੀਨੇ ਕੁ ਜਾ ਜੀ ਇਨਫੈਕਸ਼ਨ ਹੋ ਗਈ, ਫਿਰ ਉੱਥੇ ਐਮਰਜੈਂਸੀ 'ਚ 2-2, 3-3 ਮਹੀਨੇ ਰਹਿਣਾ। ਉਸ ਤੋਂ ਬਾਅਦ ਜਦੋਂ ਮੇਰੇ ਬੇਟੇ ਦੀ ਡਿਪਲੋਮੇ 'ਚ ਐਡਮਿਸ਼ਨ ਹੋਈ, ਇਹਦੇ ਨੰਬਰ ਜ਼ਿਆਦਾ ਸੀ, ਅਤੇ ਇੱਕ ਮੇਰੀ ਇਨਕਮ ਨਹੀਂ ਸੀ ਕੋਈ, ਉਹਦੇ ਕਰਕੇ ਫਿਰ ਇਹਦੀ ਐਡਮਿਸ਼ਨ ਜਿਹੜੀ ਡਿਪਲੋਮਾ ਫ੍ਰੀ ਹੋ ਗਿਆ। ਫਿਰ ਜਦੋਂ ਬੀਟੈਕ ਐਡਮਿਸ਼ਨ ਕਰਾਉਣੀ ਸੀ, ਮੈਂ ਕਿਸੇ ਕੋਲੋਂ ਕਰਜ਼ਾ ਚੁੱਕ ਕੇ ਐਡਮਿਸ਼ਨ ਕਰਵਾਈ, ਵੀਰ ਰਵੀ ਸਿੰਘ ਜੀ ਖਾਲਸਾ ਏਡ ਵਾਲੇ ਆ, ਇਹ ਵੀਰ ਜੀ ਹੁਣੇ ਮੇਰੇ 5 ਸਾਲ ਤੋਂ ਰੈਗੂਲਰ ਮੇਰੀ ਪੈਨਸ਼ਨ ਜਿਹੜੀ ਉਹ ਭੇਜ ਰਹੇ ਆ। ਹੁਣ ਵੀ ਉਹ ਕਹਿੰਦੇ ਕੋਈ ਤੁਹਾਨੂੰ ਤੰਗੀ ਹੈ ਤਾਂ ਦੱਸੋ, ਪਰ ਮੈਂ ਚਾਹੁੰਦੀ ਹਾਂ ਕਿ ਪੰਥ ਦਾ ਜਿਹੜਾ ਆ ਪੈਸਾ ਜਿਹੜਾ ਆ ਜਾਈ ਨਹੀਂ ਹੋਣਾ ਚਾਹੀਦਾ, ਸਾਨੂੰ ਆਪਣੀ ਕਿਰਤ ਜ਼ਰੂਰ ਕਰਨੀ ਚਾਹੀਦੀ। ਕਿਰਤ ਕਰੀ ਦੀ ਮੈਂ ਬੱਚੇ ਟਿਊਸ਼ਨ ਵੀ ਪੜ੍ਹਾਉਂਦੀ ਰਹੀ ਹਾਂ, 8 ਅਪਰੇਸ਼ਨ ਹੋਏ, ਅੱਖਾਂ ਦਾ ਵੀ ਲੇਜ਼ਰ ਹੋਇਆ, ਕਾਲਾ ਮੋਤੀਆ, ਪਰਸੋਂ ਵੀ ਜੇ ਮੈਂ ਆਪਣਾ ਚੈੱਕਅਪ ਕਰਵਾ ਕੇ ਆਈ ਹਾਂ, ਉਹਨਾਂ ਨੇ ਕਿਹਾ ਕਿ ਵੇਨ ਬਹੁਤ ਵੀਕ ਹੋ ਗਈ ਹੈ। ਵਾਹਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ, ਉਹ ਸਾਰੇ ਪੰਥ ਦੀ ਇੱਦਾਂ ਹੀ ਸੇਵਾ ਕਰਦੇ ਰਹਿਣ, ਸਾਡੀਆਂ ਤਾਂ ਇਹ ਅਸੀਸਾਂ ਆ ਕਿ ਸਾਰਿਆਂ ਦੀ ਇੱਦਾਂ ਹੀ ਸੇਵਾ ਕਰਨ, ਉਹ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ, ਜਿਹੜੀ ਸਾਡੇ ਨਿਮਾਣਿਆਂ ਗਰੀਬਾਂ ਦੀ ਬਾਂਹ ਫੜਦੇ ਆ।